ਹਾਲ ਹੀ ਦੇ ਵਿੱਚ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਹੋਰੀ ਲੋਕਾਂ ਦਾ ਧੰਨਵਾਦ ਕਰਨ ਲਈ ਅੰਮ੍ਰਿਤਸਰ ਵਿਖੇ ਪਹੁੰਚੇ ਸਨ, ਜਿੱਥੇ ਉਹਨਾਂ ਦੇ ਨਾਲ ਕੇਂਦਰੀ ਹਲਕੇ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਮੌਜੂਦ ਰਹੇ। ਇਸੇ ਮੌਕੇ ਭਰੀ ਸਟੇਜ ਉੱਤੇ ਜਦੋਂ ਸਪੀਚ ਦੇਣ ਦਾ ਸਮਾਂ ਆਇਆ ਤਾਂ ਆਪ ਵਿਧਾਇਕ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਵਿਧਾਇਕ ਅਜੇ ਗੁਪਤਾ ਨੇ ਵੀ ਆਪਣੀ ਸਰਕਾਰ ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ। ਸਪੀਚ ਦੌਰਾਨ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਿਧਾਇਕਾਂ ਤੇ ਵਰਕਰਾਂ ਉੱਤੇ ਖੂਬ ਮਨ ਦੀ ਭੜਾਸ ਬਾਹਰ ਕੱਢੀ ਹੈ। ਇਸ ਦੇ ਨਾਲ ਹੀ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ। ਕਿਉਂ ਹੋਈਆਂ ਅਸੀਂ ਬੈਠ ਕੇ ਸਾਰਾ ਆਪਸ ਚ ਵਿਚਾਰ ਵਟਾਂਦਰਾ ਕਰਾਂਗੇ, ਸੀਰੀਅਸਲੀ ਸੋਚਾਂਗੇ। ਮਗਰ ਕੋਈ ਕੁਝ ਚੀਜ਼ਾਂ ਐਸੀਆਂ ਧਾਲੀਵਾਲ ਸਾਹਿਬ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮੰਚ ਤੋਂ ਦੱਸਣੀਆਂ ਜ਼ਰੂਰੀ ਹੈ। ਸਵਾ ਦੋ ਸਾਲ ਹੋ ਗਏ ਮੈਨੂੰ, ਜਦੋਂ ਮੈਂ MLA ਬਣਿਆ ਮੈਨੂੰ ਸ਼ੁਰੂ ਤੋਂ ਲੋਕਾਂ ਨੇ ਆ ਕੇ, ਮੇਰੇ ਵਲੰਟੀਅਰਸ ਨੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ, MLA ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ, ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਹੈ, ਅੱਜ ਵੀ ਉਹਨਾਂ ਦੇ ਕੰਮ ਹੁੰਦੇ ਹੈ, ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ। ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਸੀ ਕਰਦਾ, ਮੈਂ ਨਹੀਂ ਸੀ ਮੰਨਦਾ। ਮੈਂ ਆਪਣੇ ਵਲੰਟੀਅਰ ਨੂੰ ਉੱਥੇ ਉਹਨਾਂ ਨੂੰ ਮਨਾ ਕਰਦਾ ਸੀ, ਮੈਂ ਕਿਹਾ ਨਹੀਂ ਯਾਰ ਤੁਸੀਂ ਗਲਤ ਬੋਲਦੇ ਜੇ, ਮਗਰ ਨਹੀਂ, ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਦੋਂ ਸੱਚ ਬੋਲਦੇ ਸੀ। ਅਗਰ ਵਲੰਟੀਅਰ ਦੀ ਗੱਲ ਅਸੀਂ ਉਦੋਂ ਸੁਣੀ ਹੁੰਦੀ, ਉਦੋਂ ਅਸੀਂ ਅਗਰ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾਈ ਹੁੰਦੀ ਤੇ ਅੱਜ ਸਾਡੀ ਇਹ ਹਾਲਾਤ ਨਾ ਹੋਵੇ। ਇਹ ਹਾਲਾਤ ਬਣੇ ਨੇ ਸਰਕਾਰ ਦੀਆਂ ਕਮਜ਼ੋਰੀਆਂ, ਧਾਲੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ, ਨਹੀਂ ਦਿੱਤੀਆਂ ਗਈਆਂ ਪਾਵਰਾਂ MLA ਨੂੰ, ਨਹੀਂ ਦਿੱਤੀਆਂ ਗਈਆਂ ਪਾਵਰਾਂ, ਮੈਂ ਖੁੱਲ ਕੇ ਕਹਿ ਰਿਹਾ। ਅਫਸਰਾਂ ਨੂੰ ਫੋਨ ਕਰਦੇ ਸੀ, ਅਫਸਰ ਕਹਿੰਦੇ ਸੀ ਭਾਜੀ ਕੋਈ ਗੱਲ ਨੀ, ਭਾਜੀ ਹੋ ਜਾਏਗਾ, ਭਾਜੀ ਕੋਈ ਗੱਲ ਨੀ, ਭਾਜੀ ਕੀ ਗੱਲ ਕਰਦੇ ਜੇ ਭਾਜੀ ਕੰਮ ਹੋਣਾ ਹੀ ਹੋਏਗਾ। ਪਰ ਧਾਲੀਵਾਲ ਸਾਹਿਬ ਕੰਮ ਨਹੀਂ ਸੀ ਹੁੰਦਾ, ਕੰਮ ਨਹੀਂ ਸੀ ਹੁੰਦਾ। ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਅੱਜ ਸਮੇਂ, ਅੱਜ ਵਕਤ ਹੈ, ਜੇ ਅੱਜ ਵੀ ਨਾ ਸੀ ਚੇਤੇ, ਅੱਜ ਵੀ ਨਾ ਸੀ ਜਾਗੇ ਤੇ ਭੋਜੋ 2027 ਨੂੰ, ਮੈਂ ਤੁਹਾਨੂੰ ਕਹਿ ਰਿਹਾ ਭੋਜੋ 2027 ਨੂੰ ਬਦਲਾਵ ਦਾ ਤੁਸੀਂ ਨਾਰਾ ਦੇ ਕੇ ਆਏ ਸੀ। ਧਾਲੀਵਾਲ ਸਾਹਿਬ ਕੀ ਬਦਲਾਵ ਹੋਇਆ ਪੰਜਾਬ ਦੇ ਵਿੱਚ ਦੱਸੋ ਮੈਨੂੰ, ਕੋਈ ਬਦਲਾਵ ਨਹੀਂ ਹੋਇਆ, 1% ਬਦਲਾਵ ਨਹੀਂ ਹੋਇਆ, ਨਸ਼ਾ ਬੰਦ ਨਹੀਂ ਹੋਇਆ, ਨਸ਼ਾ ਬੰਦ ਨਹੀਂ ਹੋਣਾ ਸੀ, ਨਸ਼ਾ ਕਈ ਗੁਣਾ ਵੱਧ ਗਿਆ ਪੰਜਾਬ ਦੇ ਅੰਦਰ। ਮੈਂ ਤੁਹਾਨੂੰ ਦੱਸਾਂ, ਨਸ਼ੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਅਸੀਂ ਕਰਦੇ ਹਾਂ, ਕਿਹੜਾ ਭ੍ਰਿਸ਼ਟਾਚਾਰ ਬੰਦ ਹੋਇਆ ਮੈਨੂੰ ਦੱਸੋ। ਲੋਕੀ ਕਹਿੰਦੇ ਨੇ, ਲੋਕੀ ਦੱਸਦੇ ਨੇ ਆ ਕੇ, ਡਾਕਟਰ ਸਾਹਿਬ
ਨਸ਼ਾ ਤੇ ਬੰਦ ਕਿਤੇ ਨਹੀਂ ਹੋਇਆ। ਜਿਹੜਾ ਭ੍ਰਿਸ਼ਟਾਚਾਰ ਸੀ, ਜਿਹੜਾ ਕਰਪਸ਼ਨ ਸੀ, ਉਹ ਮਹਿੰਗੀ ਹੋ ਗਈ, ਮਹਿੰਗੀ ਹੋ ਗਈ ਹੈ। ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ, ਜਿਹੜਾ ਬਿਜ਼ਨਸਮੈਨ ਹੈ, ਕਹਿੰਦਾ ਫੋਨ ਕੀਤਾ ਕੰਮ ਕਰਨ ਉਤਰਾਉਣ ਲਈ ਆਪਣਾ, ਮੇਰੇ ਕੋਲ ਰਿਸ਼ਵਤ ਮੰਗੀ ਗਈ 1,00,000 ਰੁਪਈਆ। ਜਦੋਂ ਮੈਂ ਕਿਸੇ MLA ਦਾ ਫੋਨ ਕਰਾ ਦਿੱਤਾ ਕਿ ਰਿਸ਼ਵਤ ਹੋ ਗਈ 5,00,000 ਰੁਪਈਆ। ਚੰਗੀ ਤਰ੍ਹਾਂ ਮੱਥ ਪਾਣੀ ਪੈਗੀ ਸਾਰੇ ਥਾਣਿਆਂ ਦੇ ਵਿੱਚ। ਸੁਣੋ, ਜੇ ਤੁਸੀਂ SHO ਆਪਣੇ ਨਾਲ ਆਏ ਤੇ ਅਸੀਂ ਕੰਮ ਨਹੀਂ ਜੇ ਕਰਨਾ, ਤੁਹਾਨੂੰ ਸਾਫ਼ ਕਰ ਦਈਏ। ਕੁਰਸੀ ਨਾ ਆਫਰ ਕਰੇ ਅਸੀਂ ਕੀ ਜੁੜਦਾ SHO ਦੀ SHO ਨੂੰ, ਇਹੋ ਜਿਹੇ DSP ਨੂੰ, ਇਹੋ ਜਿਹੇ ਤਹਿਸੀਲਦਾਰ ਨੂੰ। ਧਾਲੀਵਾਲ ਸਾਹਿਬ, ਸਾਰੇ ਪਾਣੀ ਕੋਲੋਂ ਭੇਜੋ, ਸਾਰੇ ਪਾਣੀ ਭੇਜ ਦਿਓ। ਉਹਨਾਂ ਨੂੰ ਪਤਾ ਹੋ ਗਿਆ ਕਿ ਆਮ ਆਦਮੀ ਪਾਰਟੀ ਇੱਕ ਬਦਲਾਵ ਨਹੀਂ ਆਈ ਹੈ ਪਾਰਟੀ। ਦੋ ਸਾਲ ਹੋ ਗਏ, ਮੈਂ 100 ਕੇ ਨਹੀਂ ਦੇਖਿਆ। ਮੈਂ ਅੱਧੀ ਰਾਤ ਖੜੇ, ਮੇਰੇ ਵਲੰਟੀਅਰ, ਆਹ ਮੇਰੇ ਸੈਂਟਰ ਹਲਕੇ ਦੇ ਲੋਕ ਆਏ ਇੱਥੇ, ਇਹਨਾਂ ਨੂੰ ਪੁੱਛੋ ਰਾਤੀ ਤੋਂ ਇਹ ਫੋਨ ਕਰਦੇ ਨੇ, ਰਾਤੀ ਤੋਂ ਇਹ ਫੋਨ ਚੁੱਕਦਾ। ਕੇਜਰੀਵਾਲ ਜੀ ਨੇ ਜਿਹੜੀ ਪੇਸ਼ ਕਰਕੇ ਇੱਕ ਨਾਰਾ ਦੇ ਕੇ ਬਦਲਾਵ ਦਾ ਜਿਹੜੀ ਸਰਕਾਰ ਲੈ ਕੇ ਆਉਂਦੀ ਹੈ, ਉਹ ਬਦਲਾਵ ਲਈ ਅਸੀਂ ਮੋਬਾਈਲ ਆਪਣਾ ਬੰਦ ਵੀ ਕਰਦਾ। ਰਾਤ ਨੂੰ 1 ਵਜੇ ਮੈਂ ਚੀਫ ਬਾਰਡਰ ਰੇਂਜ ਸਤਿੰਦਰ ਸ਼ਰਮਾ ਨੂੰ ਉਠਾਉਣਾ, ਭਾਈ ਇਹ ਭੜਾਰੀਵਾਲ ਦੀ ਲਾਈਟ ਨਹੀਂ ਆ ਰਹੀ, ਇਹਨੂੰ ਠੀਕ ਕਰਾ। ਇਹ ਪੰਚਾਰੇ ਦੀ ਲਾਈਟ ਨਹੀਂ ਆ ਰਹੀ, ਇਹਨੂੰ ਠੀਕ ਕਰਾ। ਇਹ ਕੱਟਾ ਤੁਲੋ ਦੀ ਲਾਈਟ ਨਹੀਂ ਆ ਰਹੀ, ਇਹਨੂੰ ਠੀਕ ਕਰਾ। ਬਹੁਤ ਜ਼ਰੂਰੀ ਹੈ ਸਤਿੰਦਰ ਸ਼ਰਮੇ ਦਾ ਇੱਧਰ ਮੈਨੂੰ ਫੋਨ ਆਇਆ ਚੀਫ ਬਾਰਡਰ, ਡਾਕਟਰ ਸਾਹਿਬ ਮੈਨੂੰ ਅੱਜ 40 ਸਾਲ ਹੋ ਗਏ ਹੈ ਸਰਵਿਸ ਕਰਦਿਆਂ, ਇਹੋ ਜਿਹੇ ਵੀ ਕਹਿੰਦਾ ਪਹਿਲੇ ਹੁੰਦੇ। ਮੈਂ ਇੱਦਾਂ ਦਾ ਪਹਿਲੇ ਕਦੀ ਨੀ ਦੇਖਿਆ, ਕੋਈ ਨੀ ਦੇਖਿਆ। ਅੱਜ ਦੇਖੋ ਉਹ ਹੀ ਇੱਦਾਂ ਦੇ ਜਵਾਕ ਲੈ ਕੇ ਆਪਣੇ ਮੈਂਬਰ ਪਾਰਲੀਮੈਂਟ, 7 ਸੀਟਾਂ ਆਉਂਦੀਆਂ ਕਾਂਗਰਸ ਦੀਆਂ, 7 ਸੀਟਾਂ ਦੇਖੋ। ਜਿਹੜੇ ਕਹਿੰਦੇ ਸੀ ਇਹ ਕਰਪਸ਼ਨ ਕਰਦੇ ਨੇ, ਇਹ ਭ੍ਰਿਸ਼ਟਾਚਾਰ ਕਰਦੇ ਨੇ, ਇਹ ਤਾਨਾਸ਼ਾਹੀ ਕਰਦੇ ਨੇ, ਗੁੰਡਾਗਰਦੀ ਕਰਦੇ ਨੇ, ਅੱਜ ਕਿਸ ਤਰ੍ਹਾਂ ਜਿੱਤ ਕੇ ਮੈਨੂੰ ਜਵਾਬ ਦੇ ਹੋਏਗਾ, ਕਿਸ ਤਰ੍ਹਾਂ ਜਿੱਤ ਕੇ 7 ਤਰ੍ਹਾਂ ਦੇ ਮੈਂਬਰ ਪਾਰਲੀਮੈਂਟ, ਤੇ ਕਿੰਨਾ ਹਾਰ ਕੇ ਸਾਡੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ, ਕੋਈ ਸੀਟ ਨਾ, ਕਿੰਨੀ ਸ਼ਰਮ ਦੀ ਗੱਲ ਹੈ। ਨਾ ਕੋਈ ਸੀਟ ਮਾਲਵੇ ਚੋਂ ਆਈ, ਤੇ ਨਾ ਕੋਈ ਸੀਟ ਮਾਝੇ ਚੋਂ ਆਈ, ਤੇ ਨਾ ਕੋਈ ਸੀਟ ਦੁਆਬੇ ਚੋਂ ਆਈ। ਜਿਹੜੀਆਂ 3 ਸੀਟਾਂ ਆਈਆਂ ਮਾਲਵੇ ਚੋਂ ਆਈਆਂ। ਕਿਉਂ ਵਿਤਕਰਾ ਕੀਤਾ ਜਾਂਦਾ ਮਾਝੇ ਦੇ ਨਾਲ? ਅੱਜ ਮੈਂ ਪੁੱਛਣਾ ਚਾਹੁੰਦਾ ਮਾਝੇ ਨਾਲ ਕਿਉਂ ਵਿਤਕਰਾ ਕੀਤਾ ਜਾਂਦਾ? ਅੱਜ ਅਸੀਂ ਹਾਰੇ ਹਾਂ, ਸਾਨੂੰ ਪਤਾ ਹਾਰਨ ਦੇ ਹਾਰ ਦੇ ਕੀ ਕਾਰਨ ਨੇ। ਹਾਰ ਦੇ ਕਾਰਨ ਨੇ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਸੀਵਰੇਜ ਪ੍ਰਣਾਲੀ ਦੇਖੋ ਕੀ ਹਾਲ ਹੈ, ਪਾਣੀ ਦਾ ਪੂਰੇ ਗੰਦੇ ਪਾਣੀ ਦਾ ਦੇਖੋ ਕੀ ਹਾਲ ਹੈ, ਘਰ ਘਰ ਦੇ ਵਿੱਚ ਗੰਦਾ ਪਾਣੀ ਲੋਕਾਂ ਨੂੰ ਮਿਲਣ ਨੂੰ
ਮੈਂ ਜਾ ਕੇ ਸੀਐਮ ਸਾਹਿਬ ਨੂੰ ਕਹਿੰਦਾ ਰਿਹਾ, ਮੈਂ ਵਿਧਾਨ ਸਭਾ ਦੇ ਵਿੱਚ ਪ੍ਰਸ਼ਨ ਚੁੱਕਿਆ, ਮੈਂ ਕਿਹਾ ਸੀਵਰੇਜ ਜਿਹੜਾ 70 ਸਾਲ ਪੁਰਾਣਾ ਸ਼ਹਿਰਾਂ ਦੇ ਵਿੱਚ, ਇਹਨੂੰ ਰੱਬ ਦੇ ਵਾਸਤੇ ਇਹਨੂੰ ਬਦਲ ਦੇਈਏ। ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ, ਕਿਸੇ ਨੇ ਸਾਨੂੰ ਵੋਟ ਨਹੀਂ ਦੇ ਪਾਈ ਔਰ ਉਹ ਸੱਚ ਸਾਬਤ ਹੋਇਆ, ਕਿਸੇ ਨੇ ਸਾਨੂੰ ਵੋਟ ਨਹੀਂ ਪਾਈ। ਕੀ ਜ਼ਰੂਰਤ ਹੈ ਕਮਿਸ਼ਨ ਕਾਰਪੋਰੇਸ਼ਨ ਦੀ ਕਿ ਉਹ ਜਾ ਕੇ ਫੀਲਡ ਦੇ ਵਿੱਚ ਨਾ ਜਾਵੇ, ਦਫ਼ਤਰ ਦੇ ਵਿੱਚ ਬੈਠਾ ਉੱਥੇ ਕੰਮ ਕਰਦਾ, ਫੀਲਡ ਦੇ ਵਿੱਚ ਜਾਵੇ, ਇੱਕ ਇੱਕ ਗਲੀ ਦੇ ਵਿੱਚ ਜਾਵੇ, ਇੱਕ ਇੱਕ ਬਾਜ਼ਾਰ ਦੇ ਵਿੱਚ ਜਾਵੇ, ਦੇਖੇ ਕਿੱਥੇ ਸੀਵਰੇਜ ਪੈਦਾ ਹੈ, ਦੇਖੇ ਕਿੱਥੇ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ। ਤੁਸੀਂ ਯਕੀਨ ਨਹੀਂ ਕਰੋਗੇ, ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੁੰਦੇ ਆ ਅੰਮ੍ਰਿਤਸਰ ਦੇ ਵਿੱਚ। ਸਿੱਖ ਜੀ ਦਾ ਸ਼ਹਿਰ ਕਹਿੰਦੇ ਅਸੀਂ, ਸਿੱਖ ਜੀ ਦਾ ਸ਼ਹਿਰ। ਇਸ ਮੌਕੇ ਵਿਧਾਇਕ ਨੇ ਬਦਲਾਅ ਨੂੰ ਲੈ ਕੇ ਸਵਾਲ ਚੁੱਕੇ ਨੇ। ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਜੇਕਰ ਅਜੇ ਵੀ ਆਮ ਆਦਮੀ ਪਾਰਟੀ ਸਰਕਾਰ ਨਾ ਜਾਗੀ ਤਾਂ ਆਉਣ ਵਾਲੇ 2027 ਦੇ ਵਿੱਚ ਇੱਕ ਵੀ ਸੀਟ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗੀ। ਉਹਨਾਂ ਨੇ ਕਿਹਾ ਕਿ ਅਸੀਂ ਕਿਹੜੇ ਬਦਲਾਅ ਦੀ ਗੱਲ ਕਰਦੇ ਹਾਂ, ਸਾਡੇ ਵਲੰਟੀਅਰ ਕਹਿੰਦੇ ਹਨ ਕਿ ਅੱਜ ਵੀ ਥਾਣਿਆਂ ਦੇ ਵਿੱਚ ਕਾਂਗਰਸੀ ਤੇ ਅਕਾਲੀ ਬੈਠੇ ਰਹਿੰਦੇ ਨੇ ਅਤੇ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੁੰਦੇ ਨੇ, ਜਦਕਿ ਸਾਡੇ ਵਲੰਟੀਅਰ ਤੇ ਵਰਕਰਾਂ ਨੂੰ ਕੋਈ ਪੁੱਛਦਾ ਤੱਕ ਨਹੀਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਵਲੰਟੀਅਰਾਂ ਦਾ ਕਹਿਣਾ ਮੰਨਿਆ ਹੁੰਦਾ ਤਾਂ ਅੱਜ ਸਾਨੂੰ ਇਹ ਦਿਨ ਦੇਖਣੇ ਨਾ ਪੈਂਦੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।